ਪਿਆਰੇ ਵਿਦਿਆਰਥੀਓ, ਅੱਜ ਆਪਣੇ ਕੋਲ ਸਾਇੰਸ ਵਿਸ਼ੇ ਦੇ ਅਧਿਆਪਕ ਸ਼੍ਰੀ ਸੁਰਿੰਦਰ ਕੁਮਾਰ ਜੀ ਜਿੰਦਲ, ਜੋ ਕਿ ਸਟੇਟ ਅਵਾਰਡੀ ਹਨ, ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਕੁਲਾਰਾਂ ਤੋਂ ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਪਹੁੰਚੇ ਹਨ। ਅੱਜ ਆਪਾਂ ਨੂੰ ਇਹ ਮਿਸ਼ਰਣ ਨੂੰ ਨਿਖੇੜਨ ਦੀਆਂ ਵੱਖ ਵੱਖ ਵਿਧੀਆਂ ਬਾਰੇ ਭਰਪੂਰ ਜਾਣਕਾਰੀ ਦੇਣਗੇ। ਮੈਂ ਆਸ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਧਿਆਨ ਨਾਲ ਇਹ ਸਭ ਕੁਝ ਦੇਖੋਗੇ। ਧੰਨਵਾਦ। ਪਿਆਰੇ ਵਿਦਿਆਰਥੀਓ, ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਅਕਸਰ ਹੀ ਚਰਚਾ ਕਰਦੇ ਹਾਂ ਕਿ ਸਾਡੇ ਦੁਆਰਾ ਵਰਤੇ ਜਾਣ ਵਾਲੇ ਪਦਾਰਥ ਸ਼ੁੱਧ ਹਨ ਜਾਂ ਨਹੀਂ। ਅਸੀਂ ਜੋ ਨਮਕ, ਘਿਓ, ਦੁੱਧ ਆਦਿ ਵਰਤਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਸ਼ੁੱਧ ਹੋਣ। ਸਾਥੀਓ, ਰੋਜ਼ਾਨਾ ਜ਼ਿੰਦਗੀ ਵਿੱਚ ਸ਼ੁੱਧਤਾ ਤੋਂ ਭਾਵ ਇਸ ਗੱਲ ਤੋਂ ਹੁੰਦਾ ਹੈ ਕਿ ਸਾਡੇ ਦੁਆਰਾ ਵਰਤੀ ਜਾਣ ਵਾਲੀ ਵਸਤੂ ਵਿੱਚ ਕੋਈ ਮਿਲਾਵਟ ਆਦਿ ਨਾ ਹੋਵੇ। ਪਰ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੇਖਿਆ ਕਿਹਾ ਜਾਂਦਾ ਹੈ ਕਿ ਕੇਵਲ ਉਹੀ ਪਦਾਰਥ ਸ਼ੁੱਧ ਹੁੰਦੇ ਹਨ ਜਿਨ੍ਹਾਂ ਦੇ ਸਾਰੇ ਕਣ ਇੱਕੋ ਜਿਹੇ ਹੋਣ, ਭਾਵ ਉਹ ਪਦਾਰਥ ਜਿਨ੍ਹਾਂ ਦੇ ਸਾਰੇ ਕਣਾਂ ਦੀ ਰਸਾਇਣਿਕ ਸ੍ਰਿਸ਼ਟੀ, ਰਸਾਇਣਿਕ ਗੁਣ ਇੱਕੋ ਜਿਹੇ ਹੋਣ। ਦੂਜੇ ਸ਼ਬਦਾਂ ਵਿੱਚ, ਸ਼ੁੱਧ ਪਦਾਰਥ ਕੇਵਲ ਇੱਕ ਹੀ ਤਰ੍ਹਾਂ ਦੇ ਕਣਾਂ ਤੋਂ ਬਣੇ ਹੋਏ ਹੁੰਦੇ ਹਨ। ਅਸਲ ਵਿੱਚ ਸਾਡੇ ਦੁਆਰਾ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਅਧਿਕਤਰ ਪਦਾਰਥ ਅਲੱਗ ਅਲੱਗ ਤਰ੍ਹਾਂ ਦੇ ਕਣਾਂ ਤੋਂ ਬਣੇ ਹੁੰਦੇ ਹਨ। ਇਸੇ ਤਰ੍ਹਾਂ ਰੋਜ਼ਾਨਾ ਜੀਵਨ ਵਿੱਚ ਸਾਡੇ ਦੁਆਰਾ ਵਰਤਿਆ ਜਾਣ ਵਾਲਾ ਦੁੱਧ, ਘਿਓ, ਨਮਕ ਆਦਿ ਕਈ ਤਰ੍ਹਾਂ ਦੇ ਕਣਾਂ ਤੋਂ ਮਿਲ ਕੇ ਬਣੇ ਹੁੰਦੇ ਹਨ। ਵਿਗਿਆਨ ਦੀ ਦ੍ਰਿਸ਼ਟੀ ਤੋਂ ਇਹ ਦੁੱਧ, ਘਿਓ, ਮੱਖਣ ਜਾਂ ਨਮਕ ਆਦਿ ਮਿਸ਼ਰਣ ਹਨ। ਆਓ ਵਿਚਾਰ ਕਰੀਏ ਕਿ ਮਿਸ਼ਰਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਮੈਂ ਇੱਕ ਪਰਖ ਨਲੀ ਲੈਂਦਾ ਹਾਂ। ਇਸ ਵਿੱਚ ਇੱਕ ਛੋਟਾ ਚਮਚ ਕਾਪਰ ਸਲਫੇਟ ਯਾਨੀ ਤਾਂਬੇ ਦੇ ਸਲਫੇਟ ਦਾ ਪਾਉਂਦਾ ਹਾਂ। ਹੁਣ ਇੱਕ ਹੋਰ ਪਰਖ ਨਲੀ ਬੀ ਲਈ ਇਸ ਵਿੱਚ ਉਹੀ ਕਾਪਰ ਸਲਫੇਟ ਦੁੱਗਣੀ ਮਾਤਰਾ ਵਿੱਚ ਪਾਇਆ। ਹੁਣ ਦੋਵੇਂ ਪਰਖ ਨਲੀਆਂ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਪਾਇਆ। ਦੋਵੇਂ ਪਰਖ ਨਲੀਆਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹਾਂ। ਤਾਂ ਜੋ ਸਾਡੇ ਕੋਲ ਦੋ ਘੋਲ ਤਿਆਰ ਹੋ ਜਾਣ। ਇਹ ਘੋਲ ਮਿਸ਼ਰਣ ਹਨ, ਪਾਣੀ ਅਤੇ ਕਾਪਰ ਸਲਫੇਟ ਯਾਨੀ ਤਾਂਬੇ ਦੇ ਸਲਫੇਟ ਦਾ ਮਿਸ਼ਰਣ। ਪਰਖ ਨਲੀ ਏ ਵਿੱਚ ਘੋਲ ਦਾ ਰੰਗ ਗੂੜਾ ਹੈ, ਜਦਕਿ ਪਰਖ ਨਲੀ ਏ ਵਿੱਚ ਘੋਲ ਦਾ ਰੰਗ ਹਲਕਾ ਹੈ, ਜਦਕਿ ਪਰਖ ਨਲੀ ਬੀ ਵਿੱਚ ਘੋਲ ਦਾ ਰੰਗ ਗੂੜਾ ਹੈ। ਇਸ ਦਾ ਕਾਰਨ ਇਹ ਹੈ ਕਿ ਘੋਲ ਏ ਦੀ ਸੰਘਣਤਾ ਘੋਲ ਬੀ ਦੀ ਸੰਘਣਤਾ ਨਾਲੋਂ ਘੱਟ ਹੈ। ਹੁਣ ਅਸੀਂ ਇੱਕ ਮਿਸ਼ਰਣ ਹੋਰ ਤਿਆਰ ਕਰਦੇ ਹਾਂ। ਮੈਂ ਥੋੜ੍ਹਾ ਜਿਹਾ ਕਾਪਰ ਸਲਫੇਟ ਲਿਆ, ਇਸ ਨੂੰ ਕਾਗਜ਼ ਉੱਤੇ ਪਾਇਆ। ਹੁਣ ਇਸ ਵਿੱਚ ਮੈਂ ਕੁਝ ਪੋਟਾਸ਼ੀਅਮ ਪਰਮੈਂਗਨੇਟ ਯਾਨੀ ਲਾਲ ਦਵਾਈ ਪਾਉਂਦਾ ਹਾਂ। ਹੁਣ ਇਸ ਵਿੱਚ ਕੁਝ ਸਾਦਾ ਨਮਕ ਯਾਨੀ ਸਧਾਰਨ ਲੂਣ ਮਿਲਾਉਂਦੇ ਹਾਂ। ਇਹ ਵੀ ਇੱਕ ਮਿਸ਼ਰਣ ਬਣਿਆ, ਪਰ ਇਹ ਮਿਸ਼ਰਣ ਪਹਿਲੇ ਦੋ ਮਿਸ਼ਰਣਾਂ ਨਾਲੋਂ ਅਲੱਗ ਹੈ। ਪਹਿਲਾਂ ਬਣੇ ਦੋ ਮਿਸ਼ਰਣ, ਮਿਸ਼ਰਣ ਏ ਅਤੇ ਮਿਸ਼ਰਣ ਬੀ, ਇਹਨਾਂ ਵਿੱਚ ਹਰ ਇੱਕ ਮਿਸ਼ਰਣ ਵਿੱਚ ਮਿਸ਼ਰਣ ਦੇ ਕਣ ਸਾਰੇ ਕਣ ਲਗਭਗ ਇੱਕੋ ਜਿਹੇ ਹਨ, ਜਦਕਿ
इस मिश्रण विच मिश्रण दे तीन तरह के कण अलग अलग देखे जा सकते हैं। तांबे दे सल्फेट दे नीले आसमानी कण, नमक दे चिट्टे कण अते पोटाशियम परमैंगनेट दे यानी लाल दवाई दे लाल जिहे कण। साथियों ए वाले मिश्रण परखनली ए अते परखनली बी जिस विच मिश्रण दे सारे कण इको जिहे दिखाई देंदे हन ए सम अंगी मिश्रण दियां उदाहरणां हन। जदके ए वाला मिश्रण जिस विच तीन तरह के कण अलग अलग दिखाई देंदे हन विषम अंगी मिश्रण दियां उदाहरणां हन। साथियों हुण गल करदे हां मिश्रण नखेड़ू विधियां दी। ओ विधियां जिन्हां नाल मिश्रण विचले अंश एक दूजे तो वख वख कीते जा सकते हैं। सब तो पहला गल करते हाँ अपकेंद्रण विधि की। ओ विधि जो दुध रिड़कन लई वरती जाती है। विद्यार्थियों अजकल बाजारां विच कई तरह के दुध के पैकेट मिलते हैं जिमें कि स्प्रेटा यानी टोंड मिल्क, दोहरी वार क्रीम कढ़िया दुध यानी डबल टोंड मिल्क, पूरी क्रीम वाला यानी फुल फैट मिल्क। दुध दियां इन्हां किस्मां विच चर्बी की मात्रा वख वख हुंदी है। आम दुध तो अजिहियां किस्मां तैयार करन लई अपकेंद्रण विधि की ही वरतों की जाती है। इस विधि की वरतों ओ मिश्रण नखेड़न लई की जाती है जिस मिश्रण के कण इन्ने ज़्यादा बरीक होन कि ओ फिल्टर पेपर विच दी भी लंघ जान। मिश्रण नखेड़न की विधि अपकेंद्रण यानी सेंट्रीफ्यूगेशन की वरतों दुध रिड़कण तो बिना इन्हां कम्मां लई भी की जाती है। जांच प्रयोगशाला विच खून अते पेशाब टेस्ट करन लई, कपड़े धोनी मशीन विच गिल्ले कपड़े निचोड़न लई। आओ हुण मिश्रण नखेड़न की दूजी विधि की गल करिए। यह विधि है जौहर उड़ाना। प्यारे विद्यार्थियों जौहर उड़ाना नाम की यह विधि उस हालत विच वरती जाती है जदों मिश्रण विचों कोई अजिहा अंश बाहर कढ़ना होवे जो गर्म करन ते ठोस अवस्था तो सीधे ही गैसी अवस्था विच बदल जाता होवे, जिमें कि कपूर, अमोनियम क्लोराइड, नैप्थेलीन, आयोडीन आदि। इस विधि विच मिश्रण नू एक चीनी दी प्याली विच पा के कच दी कीप नाल ढक दिता जाता है। कीप दी डंडी दे मूँह नू रूह नाल बंद कर दिता जाता है। चीनी दी प्याली विच पाए हुए मिश्रण नू जदों गर्म करदे हाँ तां इस विचला एक अंश धुआं जिहा बनाउंदा होया उपर उड्डन लगता है अते चीनी दी कीप दियां दीवारां दे अंदरले पासे जम जाता है। इस अंश नू बाद विच खुरच के उतार लिया जाता है जिस नाल प्याली विच दूजा अंश बच जाता है। साथियों हुण आपां मिश्रण नखेड़न की अगली विधि की गल करते हाँ। पहला तैयार किया होया तांबे सल्फेट का घोल मैं गर्म करके अते इस विच होर कापर सल्फेट घोल के अत गाढ़ा यानी सुपर सैचूरेट कर लिया। हुण मैं इस विच एक धागा लमकाउंदा हाँ। कुछ समय बाद इस धागे दे दुआले कापर सल्फेट दे रवे इकट्ठे होने शुरू हो जाते हैं अते हौली हौली बहुत सारा कापर सल्फेट इस धागे दे दुआले जम जाता है जिस तरह के तुसीं इत्थे देख सकते हो। कापर सल्फेट दे ए रवे घोल विच्चों निकल के रवियां दे रूप विच धागे उत्ते जम जाते हैं। इत्थे ये गल दसनी भी बनती है कि धागे उपर जिहड़ा ये कापर सल्फेट दे रवे जमा हुए हैं वह बिल्कुल शुद्ध कापर सल्फेट दे हैं। अशुद्धि जेकर कोई सी तां ओहो परख नली विच घोल विच
ਪਿੱਛੇ ਰਹਿ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਘਰਾਂ ਵਿੱਚ ਧਾਗੇ ਵਾਲੀ ਮਿਸ਼ਰੀ ਵੀ ਜ਼ਰੂਰ ਵਰਤੀ ਹੋਣੀ ਹੈ। ਉਹ ਮਿਸ਼ਰੀ ਵੀ ਇਸੇ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ। ਹੁਣ ਆਪਾਂ ਮਿਸ਼ਰਣ ਨਖੇੜਨ ਦੀ ਅਗਲੀ ਵਿਧੀ ਵਰਤਦੇ ਹਾਂ, ਜਿਸ ਬਾਰੇ ਚਰਚਾ ਕਰੀਏ। ਇਹ ਵਿਧੀ ਹੈ ਨਖੇੜਕ ਕੀਪ ਦੀ ਵਰਤੋਂ। ਵਿਦਿਆਰਥੀਓ, ਨਖੇੜਕ ਕੀਪ ਦੀ ਵਰਤੋਂ ਉਹਨਾਂ ਮਿਸ਼ਰਣਾਂ ਨੂੰ ਨਖੇੜਨ ਲਈ ਕੀਤੀ ਜਾਂਦੀ ਹੈ ਜਿਸ ਵਿੱਚ ਅਜਿਹੇ ਦ੍ਰਵ ਅੰਸ਼ ਹੋਣ ਜੋ ਆਪਸ ਵਿੱਚ ਘੁਲਦੇ ਜਾਂ ਰਲਦੇ ਨਾ ਹੋਣ, ਜਿਵੇਂ ਕਿ ਸਰ੍ਹੋਂ ਦੇ ਤੇਲ ਅਤੇ ਪਾਣੀ ਦਾ ਮਿਸ਼ਰਣ ਜਾਂ ਮਿੱਟੀ ਦੇ ਤੇਲ ਅਤੇ ਪਾਣੀ ਦਾ ਮਿਸ਼ਰਣ। ਵਿਦਿਆਰਥੀਓ, ਮੰਨ ਲਓ ਅਸੀਂ ਗਲਤੀ ਨਾਲ ਸਰ੍ਹੋਂ ਦੇ ਤੇਲ ਵਿੱਚ ਪਾਣੀ ਪਾ ਬੈਠੇ, ਤਾਂ ਫਿਰ ਕੀ ਕਰਾਂਗੇ? ਅਸੀਂ ਇਸ ਤੇਲ ਨੂੰ ਸੁੱਟਣਾ ਵੀ ਨਹੀਂ ਚਾਹੁੰਦੇ, ਅਸੀਂ ਇਸ ਤੇਲ ਵਿੱਚੋਂ ਪਾਣੀ ਨੂੰ ਬਾਹਰ ਵੀ ਕੱਢਣਾ ਚਾਹੁੰਦੇ ਹਾਂ, ਤਾਂ ਅਜਿਹੀ ਹਾਲਤ ਵਿੱਚ ਅਸੀਂ ਨਖੇੜਕ ਕੀਪ ਦੀ ਵਰਤੋਂ ਕਰਾਂਗੇ। ਉਹ ਤੇਲ ਜਿਸ ਵਿੱਚ ਅਸੀਂ ਗਲਤੀ ਨਾਲ ਪਾਣੀ ਪਾ ਬੈਠੇ ਸੀ ਨੂੰ ਨਖੇੜਕ ਕੀਪ ਵਿੱਚ ਪਾ ਕੇ ਨਖੇੜਕ ਕੀਪ ਨੂੰ ਕੁਝ ਦੇਰ ਲਈ ਇੱਕ ਪਾਸੇ ਪਿਆ ਰਹਿਣ ਦਿਆਂਗੇ। ਕੁਝ ਦੇਰ ਇੱਕ ਪਾਸੇ ਪਿਆ ਰਹਿਣ ਨਾਲ ਪਾਣੀ, ਕਿਉਂਕਿ ਤੇਲ ਵਿੱਚ ਨਹੀਂ ਮਿਲਦਾ ਅਤੇ ਤੇਲ ਤੋਂ ਭਾਰਾ ਹੁੰਦਾ ਹੈ, ਇਹ ਪਾਣੀ ਤੇਲ ਤੋਂ ਹੇਠਾਂ ਇੱਕ ਵੱਖਰੀ ਪਰਤ ਬਣਾ ਲਵੇਗਾ। ਜਦਕਿ ਤੇਲ ਉੱਪਰ ਆ ਜਾਵੇਗਾ, ਪਾਣੀ ਦੀ ਹੇਠਾਂ ਪਰਤ ਅਤੇ ਤੇਲ ਦੀ ਉੱਪਰਲੀ ਪਰਤ ਨਖੇੜਕ ਕੀਪ ਵਿੱਚ ਅਲੱਗ ਅਲੱਗ ਦੇਖੀਆਂ ਜਾ ਸਕਦੀਆਂ ਹਨ। ਅਸੀਂ ਪਾਣੀ ਨੂੰ ਤੇਲ ਤੋਂ ਵੱਖਰਾ ਕਰਨ ਦੇ ਲਈ ਨਖੇੜਕ ਕੀਪ ਦੀ ਟੂਟੀ ਖੋਲ੍ਹਾਂਗੇ, ਜਿਸ ਕਾਰਨ ਹੇਠਲੀ ਪਰਤ ਵਿੱਚੋਂ ਪਾਣੀ ਨਿਕਲਣ ਲੱਗੇਗਾ। ਇਸ ਪਾਣੀ ਨੂੰ ਅਸੀਂ ਹੇਠਾਂ ਕਿਸੇ ਬੀਕਰ ਜਾਂ ਬਰਤਨ ਵਿੱਚ ਇਕੱਠਾ ਕਰ ਸਕਦੇ ਹਾਂ, ਕਿਉਂਕਿ ਪਾਣੀ ਅਤੇ ਤੇਲ ਆਪਸ ਵਿੱਚ ਨਹੀਂ ਮਿਲੇ, ਇਸ ਲਈ ਮਿੱਟੀ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਉੱਪਰ ਹੀ ਰਹੇਗਾ ਅਤੇ ਟੂਟੀ ਖੋਲ੍ਹਣ 'ਤੇ ਹੇਠਾਂ ਨਹੀਂ ਆਵੇਗਾ। ਇਸ ਲਈ ਜਦੋਂ ਨਖੇੜਕ ਕੀਪ ਵਿੱਚੋਂ ਪਾਣੀ ਬਾਹਰ ਨਿਕਲ ਆਵੇਗਾ ਤਾਂ ਤੇਲ ਨਖੇੜਕ ਕੀਪ ਵਿੱਚ ਵੱਸ ਜਾਵੇਗਾ। ਵਿਦਿਆਰਥੀਓ, ਆਓ ਹੁਣ ਵੇਖੀਏ ਆਪਾਂ ਕੀ ਪੜ੍ਹਿਆ। ਨਮਕ, ਘਿਓ, ਦੁੱਧ ਆਦਿ ਵਿਗਿਆਨ ਦੀ ਦ੍ਰਿਸ਼ਟੀ ਤੋਂ ਕੀ ਹਨ? ਸਹੀ ਉੱਤਰ ਹੈ ਮਿਸ਼ਰਣ। ਅਗਲਾ ਸਵਾਲ, ਜਿਸ ਮਿਸ਼ਰਣ ਦੀ ਬਣਾਵਟ ਇੱਕ ਸਾਰ ਹੋਵੇ ਉਸ ਨੂੰ ਕਿਹੜਾ ਮਿਸ਼ਰਣ ਆਖਦੇ ਹਨ? ਪ੍ਰਸ਼ਨ ਇੱਕ ਵਾਰ ਫਿਰ, ਜਿਸ ਮਿਸ਼ਰਣ ਦੀ ਬਣਾਵਟ ਇੱਕ ਸਾਰ ਹੋਵੇ ਉਸ ਨੂੰ ਕਿਹੜਾ ਮਿਸ਼ਰਣ ਆਖਦੇ ਹਨ? ਸੋਚੋ। ਇਸਦਾ ਸਹੀ ਜਵਾਬ ਹੈ ਸਮਅੰਗੀ ਮਿਸ਼ਰਣ, ਯਾਨੀ ਹੋਮੋਜੀਨੀਅਸ ਮਿਕਸਚਰ। ਅਗਲਾ ਸਵਾਲ, ਤਿਆਰ ਹੋ ਬੱਚਿਓ? ਅਗਲਾ ਸਵਾਲ, ਦੁੱਧ ਰਿੜਕਣਾ ਮਿਸ਼ਰਣ ਨਖੇੜਨ ਦੀ ਕਿਹੜੀ ਵਿਧੀ ਹੈ? ਦੁੱਧ ਰਿੜਕਣਾ ਮਿਸ਼ਰਣ ਨਖੇੜਨ ਦੀ ਕਿਹੜੀ ਵਿਧੀ ਹੈ? ਸਹੀ ਜਵਾਬ ਹੈ ਅਪਕੇਂਦਰਨ, ਯਾਨੀ ਕਿ ਅਪਕੇਂਦਰਨ ਨਾਲ ਦੁੱਧ ਰਿੜਕ ਕੇ ਉਸ ਵਿੱਚੋਂ ਕਰੀਮ ਕੱਢੀ ਜਾਂਦੀ ਹੈ। ਆਓ ਹੁਣ ਮਿਸ਼ਰਣ ਨਖੇੜਨ ਦੀ ਅਗਲੀ ਵਿਧੀ ਬਾਰੇ ਗੱਲ ਕਰੀਏ। ਹੁਣ ਤੱਕ ਆਪਾਂ ਗੱਲ ਕਰ ਚੁੱਕੇ ਹਾਂ ਜੌਹਰ ਉਡਾਉਣ ਦੀ, ਅਪਕੇਂਦਰਨ ਦੀ ਅਤੇ ਨਖੇੜਕ ਕੀਪ ਨਾਲ ਮਿਸ਼ਰਣ ਨੂੰ ਨਖੇੜਨ ਦੀ। ਅਗਲੀ ਵਿਧੀ ਬਾਰੇ ਗੱਲ ਕਰਦੇ ਹਾਂ ਕ੍ਰੋਮੈਟੋਗ੍ਰਾਫੀ। ਵਿਦਿਆਰਥੀਓ, ਇਹ ਇੱਕ ਬਹੁਤ ਹੀ ਰੌਚਕ ਘਟਨਾ 'ਤੇ ਆਧਾਰਿਤ ਇੱਕ ਵਿਧੀ ਹੈ। ਕਿਉਂ ਨਾ ਆਪਾਂ ਇਸ ਵਿਧੀ ਨੂੰ ਆਪ ਇੱਕ ਕਿਰਿਆ ਕਰਕੇ ਸਮਝੀਏ, ਕਰੀਏ ਕਿਰਿਆ। ਚਲੋ, ਇਹ ਕਿਰਿਆ ਕਰਨ ਲਈ ਸਭ ਤੋਂ ਪਹਿਲਾਂ ਮੈਂ ਇੱਕ ਫਿਲਟਰ ਪੇਪਰ ਲੈਂਦਾ ਹਾਂ।
इस फिल्टर पेपर के विचकार मैं एक काला दाग काला निशान काली स्याही नाल एक काला टिक्का लगाता हाँ। ये निशान तुसी इस तरह भी लगा सकते हो अते इस तरह का भी। उस तो बाद इस काले निशान दे विचकार मैं एक सुराख करता हाँ। हुण एक होर फिल्टर पेपर लैके उसनू बारीक मोड़ के एक पाइप जिहा बनाउंदे आ। दूसरे फिल्टर पेपर नू इस तरह मोड़ के एक पाइप जिहा बनाया ते इस पाइप नू फिल्टर पेपर विच काले दाग दे विचकार बने सुराख विच दी लंघा दिता। सुराख नू थोड़ा होर खुला कर लईए। फिल्टर पेपर दे बनाए हुए पाइप नू इस सुराख विच दी लंघाया तां साडे कोल ये चीज़ बन गई। हुण असीं इस फिल्टर पेपर नू पानी देन लई पानी दा एक बीकर लैंदे हाँ अते पानी दा संपर्क देन लई इस फिल्टर पेपर दे पाइप नू पानी विच पा के बीकर नू एक पासे रख दिंदे हाँ। फिल्टर पेपर दे पाइप राही पानी हौली हौली उपर आ के काले दाग तक पहुँचता है ते ज्यों ज्यों पानी फिल्टर पेपर दे विच आ के अंदर वल नू उस काले दाग नू छोंदा है फिल्टर पेपर दे कैपिलरी एक्शन करके ये पानी बाहर वल नू जांदा है। ज्यों ज्यों पानी बाहर वल नू जाएगा ये अपने नाल काली स्याही नू भी लैके जांदा है। विद्यार्थियों जिवें कि तुसी देख ही रहे हो कि ये काली स्याही बाहर वल नू फैल रही है क्योंकि ये काली स्याही केवल काला रंग ना हो के कुछ रंगों का मिश्रण हुंदा है तो वो अलग अलग रंगों दियां स्याहियां पानी दे नाल बाहर वल नू फैलन लगदियां हन क्योंकि हर एक रंग की स्याही की बाहर वल नू जाण दी गति भिन्न भिन्न हुंदी है। इसलिए ज्यों ज्यों ये स्याहियां पानी दे नाल बाहर वल नू जांदियां हन ये एक दूजे तो वक्खरियां हो जांदियां हन। ज्यों ज्यों ये पानी बाहर वल नू जांदा है त्यों त्यों इन्हां अलग अलग रंगां विचकार अंतर वधेरे अते होर वधेरे स्पष्ट हुंदा जांदा है। जिस तरह के तुसी इस स्लाइड विच देखदे हो कि जदों ये पानी पूरा बाहर वल नू चलिया जांदा है तां काली स्याही दे विचले रंग इस तरीके नाल एक रंग बिरंगा अते खूबसूरत पैटर्न बना लेंदे हन। इस विधि नू क्रोमैटोग्राफी दा नां दित्ता गया है। असल विच विद्यार्थियों शब्द क्रोमैटोग्राफी विदेशी भाषा तो बनिया होया शब्द है। क्रोमा भाव रंग ग्राफी मतलब चित्रण ये वो विधि है जिस विच फिल्टर पेपर उत्ते पाया कोई द्रव अलग अलग रंगों के विच वंडिया जाता है। क्रोमैटोग्राफी की यह घटना कई थावां ते वरती जाती है जिवें के प्रयोगशाला विच खून अते पेशाब नू टेस्ट करना अते खून दे सैंपल तो नशे जां किसे होर ड्रग नू अलग करना।
इस तों बाद प्यारे विद्यार्थियों मिश्रण नूं निखेड़न दी अगली विधि दी गल करदे हां। अगली विधि है कशीदन विधि। साथियों ये विधि उदों वरती जांदी है जदों किसी द्रव मिश्रण विच दो अंश अजिहे होण जो एक दूजे विच घुल जांदे होण, जिवें कि नमक अते पानी दा घोल जां स्पिरिट अते पानी दा घोल। इस विधि विच दित्ते होए मिश्रण नूं एक गोल पैंदे वाली फलास्क विच लै लिया जांदा है। इस फलास्क नूं गर्म कीता जांदा है। फलास्क दे उपर एक थर्मामीटर लगाया जांदा है जिस तों सानूं पता लगदा है कि उबल रहे द्रव दा तापमान किन्ना होया है। जदों असीं फलास्क नूं गर्म करदे हाँ तां तापमान वधण नाल छेती उबलण वाला अंश पहला उबलण लगता है अते उसदे वाशक बन के निकास नली विच दी हुंदे होए इस भाग विच पुजदे हन। इस भाग नूं असीं कंडेंसर जां संगणक आखदे हाँ। एक पासे दी पानी अंदर भेजिया जांदा है ते दूजे पासों कंडेंसर दे विच्चों पानी बाहर कढ़िया जांदा है। लगातार पानी दा वहा होण नाल जो गर्म वाशक इस गोल पैंदे वाली फलास्क विच्चों दी आ रहे सन वो ठंडे हो जांदे हन अते ठंडे हो के मुड़ द्रव विच बदल के वह अलग इकट्ठे हो जांदे हन। मिश्रण दा दूसरा अंश फलास्क विच बच जांदा है। मिश्रण निखेड़न दी इस विधि नूं कशीदन आखदे हन। विद्यार्थियों मिश्रण निखेड़न दी अगली विधि है अंशक कशीदन। यह विधि कशीदन दे नाल कुछ कुछ मिलदी जुलदी है। जिथे कशीदन उदों वरत्या जांदा है जदों मिश्रण विच्चों दो अंश वक्खरे करने होण। अंशक कशीदन विधि उदों वरती जांदी है जदों मिश्रण विच दो तों वध अंश होण। यह जो स्लाइड तुसी देख रहे हो यह एक तेल शुद्ध कारखाने यानी रिफाइनरी दी है। पंजाब दी बठिंडा पेट्रोलियम रिफाइनरी अते हरियाणा दी पानीपत रिफाइनरी विच यह विधि वरत के असी कच्चे तेल विच्चों पेट्रोल डीजल मिट्टी दा तेल जां होर अंश वक्खरे करदे हाँ। प्यारे विद्यार्थियों हुण एक होर स्थिति ते विचार करदे हाँ। पिछले हफ्ते मेरे कुछ विद्यार्थियों नूं एक विचार सुझिया। वो चाहते सन कि मिट्टी की रचना का अध्ययन किया जाए। कुछ विद्यार्थियों ने एक विद्यार्थी के खेत के विच्चों मिट्टी लई अते उसनू एक वड्डी बोतल विच पा के बोतल विच पानी पाया अते उसनू चंगी तरह हिला के रख दिता, जिस तरह कि तुसी इस स्लाइड विच देख रहे हो। मिट्टी पाई पानी पाया बोतल नू हिलाया ते बोतल इस हालत दे विच रख दिती। अगले दिन आके जदों असी वेख्या तां सारी बोतल दे विच ए हालत सी। मिट्टी हेठां बैठ चुकी सी अते उपर सानू लगभग साफ पानी प्राप्त हो गया सी। विद्यार्थियों अजिहे घोलां नू कहिंदे हन निलंबन भाव सस्पेंशन। जेकर मिश्रण निलंबन यानी सस्पेंशन दे रूप विच होवे तां उस दे अंशां नूं असीं नितार के वख कर सकदे हाँ। प्यारे विद्यार्थियों मिश्रण निखेड़ दियां ये विधियां असीं तुहानूं केवल इसे लई नहीं पढ़ाउंदे कि यह तुहाडियां किताबां विच हन जां तुसी पेपरां विच याद करके ये लिखनियां ने। मिश्रण निखेड़ दियां ये विधियां जिन्हां बारे असीं चर्चा कीती है इन्हां दे रोज़ाना जिंदगी विच बहुत सारे लाभ हन। ये निखेड़ विधियां साडे लई कित्थे कित्थे उपयोगी हो सकदियां हन, आओ कुछ एक उदाहरणां उत्ते नज़र मारीए। जल सप्लाई घर। प्यारे विद्यार्थियों जल सप्लाई घरां विच पानी नूं साफ करन अते शुद्ध करन लई ये मिश्रण निखेड़ विधियां बहुत ज़्यादा वड्डे पद्धर उत्ते वरतियां जांदियां हन, जिस दी बदौलत असी वरतों योग साफ पानी प्राप्त करदे हाँ। इसे तरह का एक होर उपयोग है
ਆਕਸੀਜਨ ਦੇ ਸਿਲੰਡਰ। ਤੁਸੀਂ ਜਾਣਦੇ ਹੀ ਹੋ ਕਿ ਹਵਾ ਵਿੱਚ ਆਕਸੀਜਨ ਕਾਫੀ ਮਾਤਰਾ ਵਿੱਚ ਹੁੰਦੀ ਹੈ। ਮਿਸ਼ਰਣ ਨਖੇੜ ਦੀ ਇੱਕ ਢੁਕਵੀਂ ਵਿਧੀ ਵਰਤ ਕੇ ਹਵਾ ਵਿੱਚੋਂ ਆਕਸੀਜਨ ਵੱਖ ਕਰ ਲਈ ਜਾਂਦੀ ਹੈ ਅਤੇ ਇਹਨਾਂ ਸਿਲੰਡਰਾਂ ਵਿੱਚ ਭਰ ਲਈ ਜਾਂਦੀ ਹੈ ਤਾਂ ਜੋ ਮਰੀਜ਼ਾਂ ਨੂੰ ਲੋੜ ਪਏ ਤੋਂ ਇਹ ਆਕਸੀਜਨ ਕੰਮ ਆ ਸਕੇ। ਪਿਆਰੇ ਵਿਦਿਆਰਥੀਓ, ਮਿਸ਼ਰਣਾਂ ਨੂੰ ਨਖੇੜਨ ਦੀਆਂ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਹਨ। ਕਿਹੜੇ ਮਿਸ਼ਰਣ ਨੂੰ ਨਖੇੜਨ ਲਈ ਕਦੋਂ ਕਿਹੜੀ ਵਿਧੀ ਵਰਤਣੀ ਹੈ, ਇਹ ਨਿਰਭਰ ਕਰਦਾ ਹੈ ਕਿ ਸਾਡੀਆਂ ਲੋੜਾਂ ਕੀ ਹਨ, ਮਿਸ਼ਰਣ ਕਿਹੋ ਜਿਹਾ ਹੈ ਅਤੇ ਉਸ ਵਿੱਚੋਂ ਅਸੀਂ ਕਿਹੜੀ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹਨਾਂ ਅਨੇਕਾਂ ਵਿਧੀਆਂ ਵਿੱਚੋਂ ਮਿਸ਼ਰਣ ਨਖੇੜਨ ਦੀਆਂ ਕੁਝ ਵਿਧੀਆਂ ਤੁਸੀਂ ਛੋਟੀਆਂ ਜਮਾਤਾਂ ਵਿੱਚ ਪੜ੍ਹ ਚੁੱਕੇ ਹੋ, ਕੁਝ ਇਸ ਜਮਾਤ ਵਿੱਚ ਪੜ੍ਹ ਰਹੇ ਹੋ ਅਤੇ ਕੁਝ ਹੋਰ ਵਿਧੀਆਂ ਵੱਡੀਆਂ ਜਮਾਤਾਂ ਵਿੱਚ ਪੜ੍ਹੋਗੇ। ਅੰਤ ਵਿੱਚ ਆਓ ਹੁਣ ਵੇਖੀਏ ਆਪਾਂ ਕੀ ਪੜ੍ਹਿਆ। ਪਹਿਲਾ ਪ੍ਰਸ਼ਨ, ਸ਼ੁੱਧ ਪਦਾਰਥ ਕੀ ਹੁੰਦਾ ਹੈ? ਵਿਦਿਆਰਥੀਓ, ਸ਼ੁੱਧ ਪਦਾਰਥ ਕੀ ਹੁੰਦਾ ਹੈ? ਸੋਚੋ। ਇਸ ਦਾ ਸਹੀ ਜਵਾਬ ਹੈ, ਜਿਸ ਪਦਾਰਥ ਦੇ ਸਾਰੇ ਕਣ ਇੱਕੋ ਜਿਹੇ ਹੋਣ ਉਸਨੂੰ ਸ਼ੁੱਧ ਪਦਾਰਥ ਕਹਿੰਦੇ ਹਨ। ਯਾਨੀ ਇੱਕੋ ਜਿਹੇ ਕਣਾਂ ਵਾਲੇ ਪਦਾਰਥ ਨੂੰ ਹੀ ਸ਼ੁੱਧ ਪਦਾਰਥ ਕਹਿੰਦੇ ਹਨ। ਅਗਲਾ ਪ੍ਰਸ਼ਨ, ਸਮਅੰਗੀ ਮਿਸ਼ਰਣ ਕੀ ਹੁੰਦਾ ਹੈ? ਸੋਚੋ, ਸਮਅੰਗੀ ਮਿਸ਼ਰਣ ਕੀ ਹੁੰਦਾ ਹੈ? ਇਸ ਦਾ ਸਹੀ ਜਵਾਬ ਹੈ, ਜਿਸ ਮਿਸ਼ਰਣ ਦੇ ਸਾਰੇ ਕਣ ਇੱਕੋ ਜਿਹੇ ਹੋਣ ਉਸ ਮਿਸ਼ਰਣ ਨੂੰ ਸਮਅੰਗੀ ਮਿਸ਼ਰਣ ਜਾਂ ਹੋਮੋਜੀਨਸ ਮਿਕਸਚਰ ਕਹਿੰਦੇ ਹਨ। ਤੁਹਾਡੇ ਵਿੱਚੋਂ ਕਿੰਨਿਆਂ ਨੇ ਸਹੀ ਜਵਾਬ ਦਿੱਤਾ ਇਸ ਪ੍ਰਸ਼ਨ ਦਾ? ਜਿਨ੍ਹਾਂ ਨੇ ਦਿੱਤਾ ਉਹ ਵੀ ਠੀਕ, ਜਿਹੜੇ ਨਹੀਂ ਦੇ ਸਕੇ ਉਹ ਅਗਲੇ ਪ੍ਰਸ਼ਨ ਲਈ ਤਿਆਰ ਰਹੋ। ਅਗਲਾ ਪ੍ਰਸ਼ਨ ਹੈ, ਵਿਖਮੰਗੀ ਮਿਸ਼ਰਣ ਕੀ ਹੁੰਦਾ ਹੈ? ਵਿਖਮੰਗੀ ਯਾਨੀ ਹਿਟੋਜੀਨਸ ਮਿਕਸਚਰ ਕੀ ਹੁੰਦਾ ਹੈ? ਇਸ ਪ੍ਰਸ਼ਨ ਦਾ ਸਹੀ ਜਵਾਬ ਹੈ, ਉਹ ਮਿਸ਼ਰਣ ਜਿਸ ਦੇ ਕਣ ਭੌਤਿਕ ਦ੍ਰਿਸ਼ਟੀ ਤੋਂ ਵੱਖ ਵੱਖ ਦਿਖਾਈ ਦੇਣ। ਜਿਸ ਤਰ੍ਹਾਂ ਕਿ ਅੱਜ ਅਸੀਂ ਦੇਖਿਆ ਇੱਕ ਮਿਸ਼ਰਣ ਜਿਸ ਵਿੱਚ ਹਰੇ ਕਣ ਅਲੱਗ, ਲਾਲ ਕਾਲੇ ਕਣ ਅਲੱਗ ਅਤੇ ਚਿੱਟੇ ਕਣ ਅਲੱਗ। ਇਸ ਤਰ੍ਹਾਂ ਜਿਸ ਮਿਸ਼ਰਣ ਦੇ ਕਣ ਭੌਤਿਕ ਦ੍ਰਿਸ਼ਟੀ ਤੋਂ ਵੱਖ ਵੱਖ ਦਿਖਾਈ ਦੇਣ ਉਸ ਮਿਸ਼ਰਣ ਨੂੰ ਵਿਖਮੰਗੀ ਮਿਸ਼ਰਣ ਕਹਿੰਦੇ ਹਨ। ਲਓ ਬਈ, ਤਿਆਰ ਰਹੋ ਹੁਣ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ, ਪਾਣੀ ਵਿੱਚ ਨਮਕ ਘੋਲ ਕੇ ਬਣਾਇਆ ਮਿਸ਼ਰਣ ਕਿਹੋ ਜਿਹਾ ਮਿਸ਼ਰਣ ਅਖਵਾਉਂਦਾ ਹੈ? ਯਾਨੀ ਕਿ ਜੇਕਰ ਅਸੀਂ ਪਾਣੀ ਵਿੱਚ ਨਮਕ ਘੋਲ ਲਈਏ ਤਾਂ ਜਿਹੜਾ ਮਿਸ਼ਰਣ ਪ੍ਰਾਪਤ ਹੋਏਗਾ ਉਹ ਕਿਹੋ ਜਿਹਾ ਮਿਸ਼ਰਣ ਅਖਵਾਉਂਦਾ ਹੈ? ਇਸ ਦਾ ਸਹੀ ਉੱਤਰ ਹੈ, ਸਮਅੰਗੀ ਮਿਸ਼ਰਣ। ਸਮਅੰਗੀ ਮਿਸ਼ਰਣ, ਕਿਉਂਕਿ ਪਾਣੀ ਵਿੱਚ ਨਮਕ ਘੋਲਣ ਨਾਲ ਜੋ ਮਿਸ਼ਰਣ ਪ੍ਰਾਪਤ ਹੋਏਗਾ ਉਸਦੇ ਸਾਰੇ ਕਣ ਇੱਕੋ ਜਿਹੇ ਹੋਣਗੇ। ਹੁਣ ਅੱਜ ਦੇ ਇਸ ਪਾਠ ਦਾ ਅੰਤਿਮ ਪ੍ਰਸ਼ਨ। ਹਾਂ ਬਈ ਵਿਦਿਆਰਥੀਓ, ਤਿਆਰ ਹੋ? ਲਓ ਜੀ, ਅੰਤਿਮ ਪ੍ਰਸ਼ਨ, ਦੁੱਧ ਰਿੜਕਣ ਵੇਲੇ ਨਖੇੜਨ ਦੀ ਕਿਹੜੀ ਵਿਧੀ ਵਰਤੀ ਜਾਂਦੀ ਹੈ? ਯਾਨੀ ਦੁੱਧ ਰਿੜਕਣ ਵੇਲੇ ਨਖੇੜਨ ਦੀ ਕਿਸ ਵਿਧੀ ਨਾਲ ਅਸੀਂ ਦੁੱਧ ਵਿੱਚੋਂ ਕਰੀਮ ਵੱਖ ਕਰਦੇ ਹਾਂ? ਸੋਚੋ ਕੀ ਹੋਵੇਗਾ ਇਸ ਪ੍ਰਸ਼ਨ ਦਾ ਉੱਤਰ। ਸ਼ਾਇਦ ਤੁਸੀਂ ਠੀਕ ਸੋਚਿਆ, ਇਹ ਵਿਧੀ ਹੈ ਅਪਕੇਂਦਰਣ ਵਿਧੀ।